ਅਸਲਾਮ ਵਾਲੇਕੁਮ। ਮੈਂ ਇਸ ਟਾਈਮ ਦੁਨੀਆ ਦੇ ਸਭ ਤੋਂ ਵੱਡੇ ਮਾਲ ਦੁਬਈ ਮਾਲ ਦੇ ਵਿੱਚ ਹਾਂ। ਵੀਡੀਓ ਬਣਾਉਣ ਦਾ ਮਕਸਦ ਕਿ ਜਿਹੜੇ ਵਿਜ਼ਿਟ ਵੀਜ਼ੇ 'ਤੇ ਆਉਂਦੇ ਆ, ਖੁਦਾਰਾ ਵਿਜ਼ਿਟ ਵੀਜ਼ੇ 'ਤੇ ਆ ਕੇ ਆਪਣੇ ਪੈਸੇ ਨਾ ਜ਼ਾਇਆ ਕਰੋ। ਲੱਖ ਡੇਢ ਲੱਖ ਰੁਪਇਆ ਲਾ ਕੇ ਤੁਸੀਂ ਇੱਥੇ ਆਉਂਦੇ ਹੋ, ਤੁਹਾਨੂੰ ਪਤਾ ਹੀ ਨਹੀਂ ਹੁੰਦਾ ਤੁਸੀਂ ਕੰਮ ਕੀ ਕਰਨਾ ਵਾ। ਅਗਰ ਤੁਸੀਂ ਦੁਬਈ ਦੇ ਵਿੱਚ ਆਉਣਾ ਵਾ, ਤੁਸੀਂ ਪਹਿਲੇ ਉੱਥੇ ਸੋਚ ਕੇ ਆਵੋ ਆਪਣੇ ਜ਼ਿਹਨ ਦੇ ਵਿੱਚ ਕਿ ਮੈਂ ਦੁਬਈ ਜਾ ਕੇ ਕੰਮ ਕੀ ਕਰਨਾ, ਇੱਥੇ ਜਾ ਕੇ ਪੈਸੇ ਬਣਾਉਣੇ ਆ, ਪੈਸੇ ਕਮਾਉਣੇ ਆ, ਕਿ ਪੈਸੇ ਉਜਾੜਨੇ ਨਹੀਂ ਹੈਗੇ ਇੱਥੇ ਆ ਕੇ। ਅਸੀਂ ਕੀ ਕਰਦੇ ਹਾਂ, ਇੱਥੇ ਆ ਕੇ ਸੋਚਦੇ ਹਾਂ ਕਿ ਯਾਰ ਮੈਂ ਕੰਮ ਕੀ ਕਰਨਾ, ਮੈਨੂੰ ਜਿਹੜੇ ਮਰਜ਼ੀ ਕੰਮ 'ਤੇ ਲਵਾ ਦਿਓ। ਫਿਰ 3 ਮਹੀਨੇ ਦਾ ਵਿਜ਼ਿਟ ਲੰਘ ਜਾਂਦਾ ਸਾਡਾ, 3 ਮਹੀਨੇ ਦਾ ਵਿਜ਼ਿਟ ਲੰਘਣ ਤੋਂ ਬਾਅਦ ਫਿਰ ਅਸੀਂ ਦੂਸਰੇ ਚੱਕਰਾਂ 'ਚ ਪੈ ਜਾਂਦੇ ਹਾਂ ਕਿ ਹੁਣ ਪਰਮਿਟ ਵੀਜ਼ਾ ਲੈ ਲਈਏ ਕਿਸੇ ਕੋਲੋਂ, 7-8 ਹਜ਼ਾਰ ਦਰਮ ਦਾ ਵੀਜ਼ਾ ਲੈ ਕੇ ਉੱਥੇ ਪੈਸੇ ਜ਼ਾਇਆ ਕਰ ਲੈਂਦੇ ਹਾਂ, ਫਿਰ ਵੀ 4-5 ਮਹੀਨੇ ਸਾਡੇ ਲੰਘ ਜਾਂਦੇ ਆ, ਸਾਡੇ 'ਤੇ ਚੜ੍ਹ ਜਾਂਦਾ ਕਰਜ਼। ਓਵਰਆਲ ਇਸ ਟਾਈਮ ਇਸ ਤਰ੍ਹਾਂ ਹੀ ਹੋ ਰਿਹਾ ਵਾ, ਮੁੰਡਿਆਂ ਨੂੰ 6-6, 7-7 ਮਹੀਨੇ ਹੋ ਗਏ ਇੱਥੇ ਬੈਠੇ ਨੂੰ, ਉਹਨਾਂ ਨੂੰ ਕੰਮ ਨਹੀਂ ਲੱਭਦਾ ਪਿਆ ਹੈਗਾ। ਇਹ ਗੱਲ ਆਪਣੀ ਦਿਮਾਗ 'ਚ ਪਾ ਲਓ, ਕਿਉਂ ਨਹੀਂ ਤੁਹਾਨੂੰ ਸਮਝ ਆਉਂਦੀ ਹੈਗੀ। ਹੁਣ ਇੱਕ ਮੁੰਡਾ ਮੇਰੇ ਆਪਣੇ ਜ਼ਾਤੀ ਪਿੰਡ ਦਾ ਮੁੰਡਾ 8 ਮਹੀਨੇ ਰਹਿ ਕੇ ਗਿਆ ਵਾ, ਵਿਜ਼ਿਟ 'ਤੇ ਆਇਆ, ਮੁੜ ਕੇ ਉਹਨੇ ਵੀਜ਼ਾ ਚੇਂਜ ਕੀਤਾ। ਇੱਕ ਬੰਦਾ ਉਹਨੂੰ ਮਿਲਿਆ, ਉਹਨੂੰ ਕਹਿੰਦਾ ਮੈਂ ਤੈਨੂੰ ਬਾਈਕ ਰਾਈਡਰ ਦੀ ਜੋਬ ਲੈ ਦਿੰਦਾ ਵਾਂ, ਉਹਦਾ ਮੈਂ ਤੈਨੂੰ ਵੀਜ਼ਾ ਦਿੰਦਾ ਵਾਂ। ਉਹਨੇ ਲੈ ਲਿਆ ਉਹਦੇ ਕੋਲੋਂ 6-7 ਹਜ਼ਾਰ ਦਰਮ ਦਾ ਵੀਜ਼ਾ ਲੈ ਲਿਆ, ਅਤੇ ਲੈ ਕੇ ਅਤੇ ਹੁਣ ਉਹ ਬਾਈਕ ਦਾ ਲਾਇਸੈਂਸ ਪਿੱਛੇ ਪੈ ਗਿਆ, 4 ਹਜ਼ਾਰ ਦਾ ਬਾਈਕ ਦਾ ਲਾਇਸੈਂਸ ਬਣਨਾ ਵਾ। ਬਾਈਕ ਦਾ ਲਾਇਸੈਂਸ ਵੀ ਨਹੀਂ ਲਿਆ ਗਿਆ ਉਹ ਕੋਲ, 4 ਹਜ਼ਾਰ ਦਰਮ ਉਹਨੂੰ ਉਹ ਵੀਜ਼ੇ ਦੇ ਪੈਸੇ ਦੇ ਤੇ, ਅਤੇ ਇਸੇ ਤਰ੍ਹਾਂ ਹੀ ਉਹਨੂੰ 8 ਮਹੀਨੇ ਲੰਘ ਗਏ, ਉੱਥੇ ਕਰਜ਼ ਵੀ ਚੜ੍ਹ ਗਿਆ, ਰੂਮ ਰੈਂਟ, ਖਾਣ ਪੀਣ ਦਾ ਖਰਚਾ ਸਾਰਾ ਮੰਗ ਕੇ ਕਰਦਾ ਰਿਹਾ। ਆਖਿਰਕਾਰ ਉਹ ਥੱਕ ਹਾਰ ਕੇ ਵਾਪਸ ਪਾਕਿਸਤਾਨ ਚਲ ਗਿਆ। ਕਿੰਨਾ ਨੁਕਸਾਨ ਕੀਤਾ, ਇੱਥੇ ਪੈਸੇ ਕਮਾਉਣ ਆਓ, ਆਪਣੇ 'ਤੇ ਕਰਜ਼ ਚੜ੍ਹਨ ਨਾ ਆਓ। ਪਾਕਿਸਤਾਨ ਬੈਠੇ ਹੋ, ਮੈਨੂੰ ਪਤਾ ਪਾਕਿਸਤਾਨੀ ਹਾਲਾਤ ਨਹੀਂ ਸਹੀ ਹੈਗੇ, ਹਰ ਬੰਦੇ ਦੀ ਖੁਆਇਸ਼ ਆ ਕਿ ਮੈਂ ਦੁਬਈ ਜਾਵਾਂ, ਸਾਊਦੀਆ ਜਾਵਾਂ, ਪੈਸੇ ਕਮਾਵਾਂ ਉੱਥੇ, ਲੇਕਿਨ ਪੈਸੇ ਉਜਾੜਨ ਤਾਂ ਨਾ ਆਓ, ਪੈਸੇ ਕਮਾਉਣ ਆਓ। ਅੱਲਾ ਨੇ ਅਕਲ ਦਿੱਤੀ, ਸ਼ਊਰ ਦਿੱਤਾ ਵਾ, ਇਹਨੂੰ ਇਸਤੇਮਾਲ ਕਰੋ, ਇੱਥੋਂ ਹੁਨਰ ਸਿੱਖਣ ਨਾ ਹੋ, ਇੱਥੇ ਹੁਨਰ ਸਿੱਖ ਕੇ ਅਤੇ ਇੱਥੇ ਆ ਕੇ ਉਹਨੂੰ ਇਸਤੇਮਾਲ ਕਰੋ ਅਤੇ ਪੈਸੇ ਕਮਾਓ। 4-5 ਕਿੱਡਾ ਵੱਡਾ ਮੋਲ ਹੈ, ਇਹਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਰੈਸਟੋਰੈਂਟ ਨੇ, ਹਜ਼ਾਰਾਂ ਦੇ ਹਿਸਾਬ ਨਾਲ ਦੁਕਾਨਾਂ ਨੇ, ਇੱਥੇ ਵੀ ਬੰਦੇ ਹੀ ਕੰਮ ਕਰਦੇ ਆ। ਕੀ ਆ ਉਹਨਾਂ ਕੋਲ ਯਾਰ ਹੁਨਰ ਹੈਗਾ, ਉਹ ਕੰਮ ਸਿੱਖ ਕੇ ਆਏ ਆ, ਇੱਥੇ ਆ ਕੇ ਸਿੱਖਣ ਨੂੰ ਨਹੀਂ ਲੱਗੇ ਹੈਗੇ। ਅਤੇ ਇਸ ਚੀਜ਼ 'ਤੇ ਗੌਰ ਕਰੋ, ਐਵੇਂ ਇੱਥੇ ਆ ਕੇ ਵੀਜ਼ਿਆਂ ਦੇ ਪੈਸੇ ਨਾ ਜ਼ਾਇਆ ਕਰੋ। ਵੀਜ਼ਿਆਂ ਦੇ ਚੱਕਰਾਂ ਦੇ ਉੱਤੇ ਏਜੰਟਾਂ ਨੂੰ 8-8, 10-10 ਹਜ਼ਾਰ ਦਰਮ ਦੇ ਦਿੰਦੇ ਹੋ, ਅਤੇ ਕੋਈ ਧਾਰਾ ਮੰਗ ਲਿਆ 10 ਹਜ਼ਾਰ ਰੁਪਇਆ ਪਾਕਿਸਤਾਨੀ, ਉਹ ਨਹੀਂ ਤੁਹਾਡੇ ਕੋਲ ਨਿਕਲਦਾ ਹੈਗਾ। ਅਤੇ ਜੇ ਕਿਸੇ ਕੋਲ ਵੀਜ਼ਾ ਲੈਂਦੇ ਹੋ ਤਾਂ ਕਿਸੇ ਨੂੰ ਦੱਸ ਦਿਆ ਕਰੋ ਕਿ ਯਾਰ ਮੈਂ ਵੀਜ਼ਾ ਲੈਣ ਲੱਗਾ ਵਾਂ, ਮੈਂ ਇਸ ਵੀਜ਼ੇ 'ਤੇ ਆਵਾਂ ਕਿ ਨਾ ਆਵਾਂ। ਕਿਤਨੀ ਤੁਹਾਡੇ 'ਤੇ ਤਵੀਜ਼ ਗਾਂਢੇ ਹੋਣ ਲੱਗੇ, ਛੱਡ ਦਿਓ, ਥੋੜ੍ਹਾ ਅਕਲ ਨਾਲ ਕੰਮ ਲੈ ਲਓ।